ਇਹਨਾਂ ਦੋ ਸ਼ਬਦਾਂ ਚ ਖੜੋ ਕੇ ਕਹਿ ਦਿਆ ਬਹੁਤ ਔਖਾ ਹੈ। ਮੇਰੇ ਪਰਿਵਾਰ ਨੇ 2 ਸਾਲ ਦੇ ਵਿੱਚ ਜੋ ਸਰਕਾਰੀ ਦਫ਼ਤਰ ਦੀ ਜਲਾਲਤ ਝੱਲੀ ਹੈ ਉਹ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਪਤਾ ਹੋਣਾ ਹਾਲੇ ਬੇਟੇ ਦੀਆਂ ਲੱਕਾਂ ਵੀ ਨਹੀਂ ਠੰਡੀਆਂ ਹੋਈਆਂ ਸੀ ਜਿੱਦਾਂ ਬਾਈ ਜੀ ਨੇ ਪਹਿਲਾਂ ਦੱਸਿਆ ਵੱਡੇ ਵੀਰ ਨੇ ਵੱਖ ਵੱਖ ਆਫਰਾਂ ਪਰਿਵਾਰ ਨੂੰ ਦਿੰਦੇ ਹੈ। ਸ਼ਾਇਦ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਅਹੁਦਿਆਂ ਦੀ ਭੁੱਖ ਲਈ ਜਾਂ ਸੱਤਾ ਦੇ ਸੁੱਖ ਮਾਣਨ ਦੇ ਲਈ ਅਸੀਂ ਇਹ ਡਰਾਮੇ ਕਰਦੇ ਹਾਂ। ਵੀਰੋ ਮੈਂ ਪਾਰਟੀ ਦਾ ਸਨਮਾਨ ਇਸ ਕਰਕੇ ਵੀ ਕਰਦਾ ਕਿ ਮੈਂ 2 ਵਾਰ ਆਪਣੀ ਜ਼ਿੰਦਗੀ ਦੇ ਵਿੱਚ ਰਾਹੁਲ ਗਾਂਧੀ ਨੂੰ ਮਿਲਿਆ। ਮੈਂ ਉਸ ਵਿਅਕਤੀ ਦੀ ਬੋਲਬਾਣੀ ਜਾਂ ਗੱਲ ਕਰਨ ਦਾ ਤਰੀਕਾ ਜਾਂ ਭਵਿੱਖ ਬਾਰੇ ਉਹ ਕੀ ਸੋਚਦੇ ਨੇ ਮੈਂ ਬਹੁਤ ਨੇੜੇ ਹੋ ਕੇ ਵੇਖਿਆ ਸੀਗਾ। ਮੈਂ 40-40 ਮਿੰਟ ਦੀ ਲਗਭਗ ਮੇਰੀ ਗੱਲਬਾਤ ਹੋਈ ਉਹਨੇ ਕਦੇ ਵੀ ਮੇਰੇ ਅੱਗੇ ਕੋਈ ਸਿਆਸੀ ਨੁਕਤਾ ਨਹੀਂ ਰੱਖਿਆ, ਤੁਸੀਂ ਜੇ ਕਰੋ ਜਾਂ ਉਹ ਕਰੋ ਕਦੇ ਵੀ ਨਹੀਂ ਰੱਖਿਆ। ਹੁਣ ਜਿਹੜੇ ਅੱਜ ਦੇ ਹਾਲਾਤ ਨੇ ਤੁਸੀਂ ਫੈਸਲਾ ਕਿਹਦੇ ਕੋਲ ਲਓਗੇ, ਕਿਉਂਕਿ ਜਿਹੜੀ ਵੋਟ ਵੋਟ ਹੋ ਗਈ ਫਿਰ ਉੱਥੇ ਵੱਜ ਜਾਣੀ ਹੈ, ਉਹਨੂੰ ਫਾਇਦਾ ਕੀ ਫਾਇਦਾ। ਜੇ ਕੋਈ ਹੁਣ ਬਹੁਤਾ ਪਾਰਟੀ ਦੇ ਮੇਰੇ ਇੱਥੋਂ ਤੱਕ ਨਹੀਂ ਕਹਿਤਾ ਵੀ ਜੇ ਤੁਸੀਂ ਪਾਰਟੀ ਸਿਫਰ ਤੇ ਨਹੀਂ ਲੜਨਾ ਯਾਰ ਲੜ ਲਓ ਤਾਂ ਫਿਰ ਮੈਂ ਕਿਵੇਂ ਭੱਜ ਸਕਦਾ। ਜਦੋਂ ਅਗਲੇ ਨੇ ਮੈਨੂੰ ਸਾਰੇ ਰਸਤੇ ਦੇ ਦਿੱਤੇ ਵੀ ਤੂੰ ਜਿਸ ਤਰ੍ਹਾਂ ਤੇਰਾ ਮਨ ਮਨ ਖੁਸ਼ ਹੁੰਦਾ ਤੂੰ ਉਹਨੇ ਕਰਨਾ, ਅਸੀਂ ਤੇਰੇ ਨਾਲ ਹਾਂ। ਤਾਂ ਮੈਂ ਮੇਰੀ ਆਪਣੀ ਕੰਡੀਸ਼ਨ ਇੱਦਾਂ ਦੀ ਹੈ ਨਹੀਂ ਸੀ, ਕੁਛ ਸਟਰਗਲ ਦਾ ਕਰਕੇ ਸੰਘਰਸ਼ ਦਾ ਕਰਕੇ ਮੈਂ ਕਾਫੀ ਉਲਝਣ ਤਣੀ ਦੇ ਵਿੱਚ ਸੀਗਾ ਤੇ ਮੈਂ ਇਸ ਲਈ ਫੈਸਲਾ ਨਹੀਂ ਲੈ ਸਕਦਾ ਸੀ ਕਿਉਂਕਿ ਤੁਹਾਡੀਆਂ ਇੱਛਾਵਾਂ ਦੇ ਉੱਤੇ ਖਰਾ ਵੀ ਉਤਰਨੇ ਤਾਂ ਹੈ ਨਹੀਂ। ਮੈਂ ਜਿੱਥੇ ਜਿਵੇਂ ਮੈਂ ਘਰੇ ਵਾਜਾ ਮੁੜ ਕੇ ਕਹਿੰਦਾ ਜੀ ਮੇਰੇ ਵੱਸ ਦੀ ਗੱਲ ਨਹੀਂ ਤੇ ਤੁਸੀਂ ਆਪੇ ਫਲਾਣੇ ਕੋਲੇ ਚੱਲ ਜਾਓ, ਮੈਂ ਵੀ ਚਾਹੁੰਦਾ ਸੀ ਮੈਨੂੰ ਹਾਲੇ ਥੋੜੇ ਸਮੇਂ ਦੀ ਲੋੜ ਹੈ, ਮੈਂ ਫਿਲਹਾਲ ਥੋੜਾ ਜਿਹਾ ਘਰ ਵੱਲ ਧਿਆਨ ਦੇਵਾਂ, ਥੋੜਾ ਜਿਹਾ ਬੱਚੇ ਵੱਲ ਧਿਆਨ ਦੇਵਾਂ ਤੇ ਤਦ ਤੱਕ ਲਈ ਤੁਸੀਂ ਕੋਈ ਵੀ ਲੀਡਰ, ਮੈਂ ਬੇਨਤੀ ਕਰੀ ਸੀ ਤੁਹਾਨੂੰ ਵੀ ਜੋ ਵੀ ਤੁਸੀਂ ਸਾਡੇ ਕੋਲ ਕੈਂਡੀਡੇਟ ਪਾਰਟੀ ਹਾਈ ਕਮਾਂਡ ਭੇਜੂਗੀ ਮੈਂ ਉਹਦੇ ਨਾਲ, ਔਰ ਮੈਨੂੰ ਕਦੇ ਵੀ ਡੋਗਲਾਪਨ ਨਹੀਂ ਹੁੰਦਾ ਔਰ ਨਾ ਮੈਂ ਰਾਜਨੀਤਿਕ ਹਾਂ। ਮੈਂ ਸਿੱਧੂ ਸਾਹਿਬ ਨੂੰ ਇਸ ਗੱਲ ਨੂੰ ਯਕੀਨ ਕਰਵਾਉਣਾ ਅਸੀਂ ਜਿਹੜੀ ਗੱਲ ਕਹਿਤੀ ਉਹਦੇ ਖਰੇ ਉਤਰਾਂਗੇ, ਸਾਨੂੰ ਅਟਕਲਬਾਜ਼ੀਆਂ ਨਹੀਂ ਆਉਂਦੀਆਂ, ਜੋ ਗੱਲ ਢਿੱਡ ਤੇ ਹੈ ਉਹੀ ਗੱਲ ਮੂੰਹ ਤੇ ਹੈ। ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਥੋੜੇ ਬਹੁਤੇ ਪਰਿਵਾਰ ਤੋਂ ਵੀ ਨਾਰਾਜ਼ ਹੋਵੋਗੇ ਕਿਉਂਕਿ 6 ਮਹੀਨੇ ਲਗਾਤਾਰ ਮੈਨੂੰ ਹੋਸਪਿਟਲ ਦੇ ਵਿੱਚ ਰਹਿਣਾ ਪਿਆ, 3 ਵਾਰ ਮੈਂ ਗੁੱਡ PGI ਐਡਮਿਟ ਹੋਇਆ ਸੈਂਟਰ ਪਏ, ਤਾਂ ਮੈਥੋਂ ਮੈਂ ਤੁਹਾਡੇ ਨਾਲੋਂ ਘੱਟ ਰਿਹਾ ਉਹਦਾ ਮੈਨੂੰ ਵੀ ਮਨ ਦੇ ਵਿੱਚ ਖੇਦ ਹੈ ਕਿ ਮੈਂ ਜਿਸ ਤਰ੍ਹਾਂ ਤੋਂ ਵਿਚਰਨਾ ਚਾਹੁੰਦਾ ਸੀ ਮੈਥੋਂ ਤੁਹਾਡੇ ਕੋਲ ਪਹੁੰਚਿਆ ਨਹੀਂ ਗਿਆ। ਪਰੰਤੂ ਮੈਨੂੰ ਖੁਸ਼ੀ ਹੋਈ ਜਦੋਂ ਵੀ ਇਹਨੂੰ ਟਿਕਟ ਮਿਲੀ ਔਰ ਧੜਲੇ ਦਾ ਆਗੂ ਨੇ ਮੈਂ ਇਹਨਾਂ ਦੀ ਬੋਲੀ ਨੇ ਕੋਈ ਵੀ ਦੇਖੀ ਹੈ ਸਿਆਸਤ ਦੇ ਵਿੱਚ ਜਿਹੜਾ ਕੰਮ ਕਰਦੇ ਆ ਦਲੇਰੀ ਨਾਲ ਕਰਦੇ ਆ ਹਿੰਮਤ ਨਾਲ ਕਰਦੇ ਨੇ, ਤਾਂ ਮੇਰਾ ਖਿਆਲ ਹੈ ਜੇ ਕੋਈ ਇਸ ਤਰ੍ਹਾਂ ਦਾ ਆਗੂ ਨੂੰ ਆਪਾਂ ਜਿਤਾ ਕੇ ਭੇਜ ਦਿੰਦੇ ਹਾਂ ਤਾਂ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਅੱਛੀ ਪਰਫੋਰਮੈਂਸ ਜਿਹੜੀ ਮਿਲ ਸਕਦੀ ਹੈ, ਆਪਾਂ ਯਕੀਨ ਕਰ ਸਕਦੇ ਹਾਂ ਇਸ ਗੱਲ ਦੇ ਉੱਤੇ। ਤੇ ਜਿਹੜੀ ਗੱਲ ਰਹਿੰਦੀ ਸਰਕਾਰ ਦੀ, 2 ਸਾਲਾਂ ਦੇ ਵਿੱਚ ਅੱਜ ਦੀ ਲਾਸਟ ਵਾਲੀ ਤਰੀਕ ਹੈ, 24 ਮਹੀਨਿਆਂ ਦੇ ਵਿੱਚ ਸਿੱਧੂ ਸਾਹਿਬ ਅਸੀਂ ਕੇਵਲ 4 ਫਰੇਮ ਕਰੋੜ ਦੇ ਵਿੱਚ ਕਾਮਯਾਬ ਹੋਏ 24 ਮਹੀਨਿਆਂ ਦੇ ਵਿੱਚ। 1.5 ਸਾਲ ਤੋਂ ਸਾਡੇ CM ਸਾਹਿਬ ਸਾਨੂੰ ਇਹ ਨਹੀਂ ਦੱਸ ਸਕੇ ਜੇ ਕਸਟਡੀ ਦੇ ਦੌਰਾਨ ਉਹਨਾਂ ਦੇ ਕੋਲੇ ਦੋਸ਼ੀ ਹੈ ਉਹ ਵੀਡੀਓ ਕਦੋਂ ਬਣਾ ਗਿਆ, ਹਾਲੇ ਸਾਡੀ ਪੰਜਾਬ ਪੁਲਿਸ ਨੂੰ ਲੱਭੀ ਜਾਂਦੀ ਹੈ ਭਾਲੀ ਜਾਂਦੀ ਹੈ। 2 ਵਾਰ ADGP ਸਾਹਿਬ ਹਾਈ ਕੋਰਟ ਦੇ ਕਚਹਿਰੇ 'ਚ ਖੜ ਕੇ ਵੀ ਬਿਆਨ ਦਿਆ ਹੈ, ਤਲਬ ਵੀ ਕਰ ਲਿਆ ਮਾਨ ਯੋਗ ਅਦਾਲਤ ਨੇ, ਪਰੰਤੂ ਫਿਰ ਵੀ ਉਹਨਾਂ ਦੇ ਸੱਚਾਈ ਤੋਂ ਮੂੰਹ ਮੋੜ ਲਿਆ। ਆਹ ਹੁਣ ਰਾਹੇ ਬਣਾਏ
ਜਦੋਂ ਏਡੀ ਸਾਹਿਬ ਬਿਆਨ ਦਿੱਲੀ ਦੇ ਕੇ ਆਏ ਸਰ ਰਸਤਾ ਖੋਲ੍ਹਣ ਦੇ ਲਈ, ਤਾਂ ਉੱਥੇ ਸਿੱਧੂ ਮੂਸੇ ਵਾਲੇ ਦੀਆਂ ਤਕਰੀਰਾਂ ਦੇ ਕੇ ਕੇਸ ਤਾਂ ਆਪਣੇ ਹੱਥ ਦੇ ਵਿੱਚ ਕਰਾ ਲਿਆ, ਪਰ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਭੁੱਲ ਗਏ, ਉਹੀ ਨੌਜਵਾਨ ਇਹਨਾਂ ਜੋ ਇਹੀ ਤੁਹਾਡੇ ਵਾਲੀਆਂ ਹੀ ਬਿਆਨਬਾਜ਼ੀਆਂ ਅਤੇ ਗੱਲਾਂ ਕਰਦਾ ਹੁੰਦਾ ਸੀ, ਉਹ ਆਪਣੀ ਜ਼ਿੰਦਗੀ ਹਾਰ ਗਿਆ, ਕਿਉਂਕਿ ਤੁਸੀਂ ਤੁਹਾਡਾ ਸਪੈਸ਼ਲ ਇੰਟਰਸਟ ਸੀ ਇਹਦੀ ਸਿਕਿਉਰਿਟੀ ਘਟਾ ਦਿੱਤੀ ਜਾਵੇ। ਸਿਕਿਉਰਿਟੀ ਘਟਾਈ ਗਈ, ਇੱਕ ਰਾਜਨੀਤਿਕ ਆਗੂ ਦੀ ਵੀ ਘਟਾਈ ਗਈ, ਪਰੰਤੂ ਉਹਨੂੰ ਜਾ ਕੇ ਸੁਨੇਹਾ ਦਿੱਤਾ ਗਿਆ, ਮੇਰੇ ਪੁੱਤਰ ਨੂੰ ਨਹੀਂ ਦੱਸਿਆ ਗਿਆ ਕਿਸੇ ਨੂੰ ਕਿ ਤੈਨੂੰ ਇੰਨਾ ਵੱਡਾ ਖਤਰਾ, ਉਹ ਤੇਰੀ ਸਿਕਿਉਰਿਟੀ ਘੱਟ ਕਰਦੇ ਹਾਂ। ਅਸੀਂ ਇਲੈਕਸ਼ਨ ਤੋਂ ਬਾਅਦ 12 ਦਿਨ ਮੇਰਾ ਬੱਚਾ ਇਕੱਲਾ ਰਿਹਾ ਘਰੇ, ਸਾਡੇ ਕੋਲ ਇੱਕ ਵੀ ਗੰਨਮੈਨ ਨਹੀਂ ਸੀ, ਪਰੰਤੂ ਸਾਨੂੰ ਮਾਰਿਆ ਨਹੀਂ ਕਿਸੇ ਨੇ, ਕਿਉਂਕਿ ਸਾਡੀ ਸਿਕਿਉਰਿਟੀ ਬਾਰੇ ਕਿਸੇ ਨੂੰ ਪਤਾ ਨਹੀਂ ਸੀ, ਸਾਡੇ ਕੋਲ ਹੈਗੀ ਹੈ ਕਿ ਇੱਕ ਦੋ ਵਾਰ ਘੱਟਦਾ ਜਾਂ ਵੱਧਦਾ, ਕਿਸੇ ਨੂੰ ਕੁਛ ਨਹੀਂ ਪਤਾ ਸੀ। ਤਾਂ ਮਾਰੇ ਕਦੋਂ ਜਦੋਂ ਯੋਜਨਾਬੱਧ ਤਰੀਕੇ ਦੇ ਨਾਲ ਸਰਕਾਰ ਦੀ ਮੈਡਮ ਆਯੂਸ਼ੀ ਅਤੇ ਬਲਦੇਵ ਵੱਲੋਂ, ਤੀਜਾ ਇੱਕ ਜਿਹੜੀ ਮੈਂ ਸਾਡੀ ਸਿੱਖ ਨੂੰ ਮੁਹੱਈਆ ਕਰਾਈ ਚੈਕ ਬਟਵਾ ਸਾਹਿਬ ਦੇ ਸ਼ਹਿਰ ਦੀ, ਉਹ ਕਹਿੰਦੇ ਮੈਂ ਸਕੀਮ ਸਾਹਿਬ ਨਾਲ ਗੱਲ ਕਰ ਲੂੰਗਾ, ਤੁਸੀਂ ਚੈਕ ਨੂੰ ਵਾਇਰਲ ਕਰ ਦਿਓ। ਤਾਂ ਇਹ ਕੋਈ ਅਣੀ ਪਟਾਕੇ ਦੀ ਗੱਲ ਇੱਦਾਂ ਦਾ ਹੋਊਗਾ ਵੀ ਕਿਸੇ ਨੂੰ ਪਤਾ ਨਹੀਂ ਸੀ, ਇਹ ਲੀਕ ਹੋ ਗਈ ਬੜੀ ਯੋਜਨਾ ਦੇ ਨਾਲ ਉਸ ਦਸਤਾਵੇਜ਼ ਆ ਜਿਹੜੇ ਸਕਿਉਰਿਟੀ ਵਿਡਰਾ ਕਰਦਾ ਉਹ ਲੀਕ ਕੀਤੇ ਗਏ, ਔਰ 24 ਘੰਟਿਆਂ ਦੇ ਵਿੱਚ ਆਪਣੇ ਬੱਚੇ ਦਾ ਮਰਡਰ ਕੇਸ ਕਰ ਦਿੱਤਾ ਗਿਆ। ਉਸ ਤੋਂ ਬਾਅਦ ਵੀ ਅੱਜ ਤੱਕ ਵੀ ਅਸੀਂ ਗਾਇਬ ਗਾਏ ਦਰ ਦਰ ਦੇ ਉੱਤੇ ਠੋਕਰਾ ਖਾਂਦੇ ਫਿਰਦੇ ਹਾਂ। ਹੁਣ ਗੱਲ ਆ ਜਾਂਦੀ ਹੈ ਵੋਟ ਦੀ, ਅਸੀਂ ਕਾਂਗਰਸ ਨੂੰ ਵੋਟ ਕਿਉਂ ਪਾਈਏ? ਕਈ ਮੈਨੂੰ ਕਹਿਣਗੇ ਹੋਰ ਕੋਈ ਚਿੱਠੂ ਕਹਿਣਗੇ, ਕੋਈ ਕੁਛ ਕਹਿਣਗੇ, ਬਹੁਤ ਲੋਕਾਂ ਦੇ ਮੂੰਹ ਅੱਗੇ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ 1975 ਤੋਂ ਮੇਰੇ ਪਿਓ ਦਾਦੇ ਕਾਂਗਰਸ ਨਾਲ ਰਿਲੇਟਡ। ਇਸੇ ਕਰਕੇ ਸ਼ੁਭਦੀਪ ਨੂੰ ਵੀ ਸ਼ਾਇਦ ਜਿਹੜੇ ਕਾਂਗਰਸੀ ਪਰਿਵਾਰ ਦੇ ਲਿਆ ਸੀ ਉਹਦੀ ਪਾਰਟੀ ਜੁਆਇਨ ਕਰ ਲਿਆ। ਹੁਣ ਜਦੋਂ ਅਸੀਂ ਵਿਧਾਨ ਸਭਾ ਦੀ ਚੋਣ ਤਾਂ ਲੜਦੇ ਹਾਂ ਕਾਂਗਰਸ ਦੇ ਸਿੱਬਲ ਤੇ, ਹੁਣ ਅੱਜ ਮੈਂ ਕਹਿੰਦਾ ਜੀ ਮੈਂ ਇੱਥੋਂ ਤਾਂ ਮੈਂ ਯਾਦ ਲੜੂੰਗਾ ਜੀ ਕਾਂਗਰਸ ਤਾਂ ਚੰਗੀ ਨਹੀਂ ਹੈਗੀ, ਤਾਂ ਦੋਗਲਾ ਜਿਹਾ ਕੰਮ ਸਾਥੋਂ ਹੁੰਦਾ ਨਹੀਂ। ਅਸੀਂ ਜਿੱਥੇ ਖੜੇ ਹਾਂ ਚੰਗੇ ਹਾਂ, ਮਾੜੇ ਹਾਂ, ਸਾਨੂੰ ਮਨਜ਼ੂਰ ਹੈ। ਔਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਜੇ ਸਰਪੰਚ ਬਣਿਆ ਤਾਂ ਵੀ ਪਾਰਟੀ ਕਾਂਗਰਸ ਨਾਲ ਰੋਕ ਕਰ ਰਿਹਾ, ਜੇ ਅਸੀਂ ਵਿਧਾਨ ਸਭਾ ਬਣੀ ਤਾਂ ਵੀ ਅਸੀਂ ਕਾਂਗਰਸ ਨੂੰ ਲੜੀ ਹੈ, ਤਾਂ ਫਿਰ ਤੁਸੀਂ ਹੋਰ ਕੋਈ ਤੋਂ ਕੀ ਉਮੀਦ ਕਰਦੇ ਹੋ, ਮੈਨੂੰ ਕੀ ਕਰਨਾ ਚਾਹੀਦਾ ਸੀ? ਹੋਰ ਕੋਈ ਨਵੇਂ ਤੇ ਕਿਹੜੇ ਤੇ 5 ਮਿੰਟ ਤੱਕ ਵਿਸ਼ਵਾਸ ਕਰਨਾ ਵੀ ਇਹ ਪਤਾ ਕੋਈ ਜਾ ਕੇ ਮੁੜ ਕੇ ਵਾਰ ਦੂੰਗਾ ਤੇ ਮੇਰਾ ਜਸਟਿਸ ਮੈਨੂੰ ਮਿਲ ਜੂਗਾ? ਜਸਟਿਸ ਮਿਲੂਗਾ ਸਾਨੂੰ ਬਹੁਤ ਔਖਾ, ਪਰ ਔਖੇ ਦਾ ਮਤਲਬ ਇਹ ਨਹੀਂ ਅਸੀਂ ਆਪਣੀਆਂ ਕੋਸ਼ਿਸ਼ ਛੱਡ ਦੇਵਾਂਗੇ। ਅਸੀਂ ਉਹ ਜੇ ਪੜ੍ਹੇ ਲਿਖੇ ਕਹਿੰਦੇ ਜਤਾਵਾਂਗੇ। ਸੰਗਰੂਰ ਤੋਂ ਖਹਿਰਾ ਸਾਹਿਬ ਹੈ ਸਾਡੇ ਨਾਲ, ਚੰਨੀ ਸਾਹਿਬ ਹੈ ਸਾਡੇ ਸਾਰੇ ਆਗੂ ਲਗਭਗ ਚੰਨੀ ਵਿੱਚ ਇੰਨੇ ਪੜ੍ਹੇ ਲਿਖੇ ਨੇ ਤੇ ਜਾ ਕੇ ਸਾਡੀ ਆਵਾਜ਼ ਚੁੱਕਣਗੇ ਤੇ ਅਸੀਂ ਉਹਨਾਂ ਨੂੰ ਆਪਣਾ ਪੂਰਾ ਸਮਰਥਨ ਜੋ ਦੇ ਸਕਦੇ ਅਸੀਂ ਦੇ ਮੰਗਦੇ। ਤਾਂ ਮੈਂ ਸਿੱਧੂ ਸਾਹਿਬ ਨੂੰ ਵੀ ਤੁਹਾਡੇ ਸਾਰਿਆਂ ਦੇ ਵਾਅਦੇ ਨਾਲ ਇਹ ਯਕੀਨ ਦਿਵਾਉਣਾ ਵੀ ਆਪਾਂ ਧੜੇਬੰਦੀ ਤੋਂ ਪਰੋਂਠੇ, ਆਪਾਂ ਆਪਸ ਦੇ ਵਿੱਚ ਆਪਣਾ ਸੌ ਸ਼ਿਕਵਾ ਹੋ ਸਕਦਾ, ਪਰੰਤੂ ਆਪਾਂ ਇਹਨਾਂ ਦੇ ਮਾਮਲੇ ਦੇ ਵਿੱਚ ਉਹ ਚੀਜ਼ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ। ਆਪਾਂ ਪਰਮਾਤਮਾ ਨੂੰ ਯਾਦ ਕਰਕੇ ਇਮਾਨਦਾਰੀ ਦੇ ਨਾਲ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਵਧੀਆ ਕਰ ਸਕਦੇ ਹਾਂ ਉਹਨਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਮੀਦ ਕਰਾਂਗੇ ਸਿੱਧੂ ਸਾਹਿਬ ਜੀ ਤੋਂ ਵਧੀਆ ਰੀਤ ਦੇ ਨਾਲ ਜਿੱਤ ਕੇ ਜਾਣਗੇ। ਮੈਂ ਤੁਹਾਡੇ ਨਾਲ ਹੜਤਾਲ ਕਰੂੰਗਾ, ਮੈਂ ਹਮੇਸ਼ਾ ਹੀ ਸਿਸਟਮ ਦੇ ਨਾਲ ਚੱਲ ਕੇ ਰਾਜੀ ਹਾਂ। ਤੁਸੀਂ ਸਾਰਿਆਂ ਦਾ ਪਿਆਰ ਪਰਿਵਾਰ ਦੇ ਨਾਲ ਬਣਿਆ ਹੋਇਆ,
ਜਸਟਿਸ ਆਪਾਂ ਲੈਜਿਸਲੇਟਾਂਗੇ ਤੁਹਾਡੇ ਸਾਹਮਣੇ ਆ। ਇਹ ਬਹੁਤ ਵੱਡੀਆਂ ਚਾਲਾਂ ਨੇ। ਜੇ ਅਸੀਂ ਸੈਂਟਰ ਨੂੰ ਕਹਿ ਦਈਏ ਉੱਥੋਂ 68 ਲਾ ਕੇ ਲਾਰੈਂਸ ਨੂੰ ਜਾ ਕੇ ਗੁਜਰਾਤ ਬਿਠਾ ਤਾ, ਉੱਥੋਂ ਸਾਡੇ ਧੀਆਂ ਪੁੱਤਾਂ ਦੇ ਬਰੰਟ ਕੱਢਦੇ ਆ ਮੌਤ ਦੇ, ਕਿ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ। ਬੇਸ਼ੱਕ ਉਹ ਕਹਿੰਦੇ ਕਿ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ, ਜਿਹੜਾ ਹੁਣ ਤਾਂ ਮੈਨੂੰ ਐਂ ਲੱਗਦਾ ਮੈਂ 2 ਸਾਲਾਂ ਦੇ ਵਿੱਚ ਮੈਂ ਗੈਸਟਰਬਾਦ ਦੇ ਉੱਤੇ PhD ਕਰ ਲਵਾਂ। ਇੰਨਾ ਤਜਰਬਾ ਹੋ ਗਿਆ 2 ਸਾਲ ਦੇ ਵਿੱਚ, ਕਿਉਂ ਹੋ ਗਈਆਂ ਹਰਕਤਾਂ, ਕਿਸ ਪੱਧਰ ਦੀਆਂ ਕੀਤੀਆਂ ਜਾ ਰਹੀਆਂ। ਆਓ ਖੜੀ ਹੈ ਤੁਹਾਡੇ ਕੋਲ ਕਾਰ, ਇੱਥੇ ਦੋ ਭਰਾ ਨੇ ਜਿਹੜੇ ਡਾਊਟੀ ਹੈ ਪੁਲਿਸ ਵਾਲੇ, ਉਹ ਕਾਰ ਖੜੀ ਹੈ ਛੋਟੀ ਮਿਲੀ। ਜਦਕਿ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਮੈਂ ਤੁਹਾਡੇ ਪੈਸੇ ਭਾਈ ਦੇਣੇ ਹੈ, ਮੈਂ ਪੱਤਰਕਾਰਾਂ ਦੇ ਸਾਹਮਣੇ ਤੁਹਾਨੂੰ ਬੁਲਾਊਂਗਾ, ਮੇਰੀਆਂ 2 ਗੱਲਾਂ ਦਾ ਜਵਾਬ ਦੇ ਕੇ ਜਾਇਓ ਤੇ ਬਣਦੇ ਆਪਦੇ ਪੈਸੇ ਲੈ ਕੇ ਜਾਇਓ, ਤੁਸੀਂ CIT ਗੱਡੀ ਖੜੀ ਕਰਕੇ ਕੱਢੋ ਭੱਜ ਗਏ। ਪਰੰਤੂ ਸਾਡੀ ਪੁਲਿਸ, ਸਾਡਾ ਪੋਲੀਟੀਸ਼ੀਅਨ ਢਾਂਚਾ ਗੈਂਗਸਟਰਾਂ ਦੇ ਨਾਲ ਮਿਲ ਚੁੱਕਿਆ ਹੈ। ਮੈਂ ਸਿੱਧੂ ਸਾਹਿਬ ਨੂੰ ਦਰਖਾਸਤ ਕਰਦਾ ਹਾਂ, ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ। ਇਹ ਇਕੱਲਾ ਇਹ ਨਹੀਂ ਹੈਗਾ ਵੀ ਗੈਂਗਸਟਰ ਆਏ ਆ ਸਾਡੇ ਬੱਚੇ ਨੂੰ ਮਾਰ ਕੇ ਟੁੱਟ ਗਏ, ਇਹਦੇ ਵਿੱਚ ਆਲਾ ਅਫਸਰ ਸ਼ਾਮਲ ਨੇ, ਇੱਕ ਦੋ ਰਾਜਨੀਤਿਕ ਆਗੂ ਸ਼ਾਮਲ ਨੇ। ਇਹ ਜਿਹੜੀ ਜਾਂਚ ਹੈ, ਇਹ ਜਿਹੜਾ ਸੱਚ ਹੈ, ਬਹੁਤ ਔਖਾ ਬਾਹਰ ਆਊਗਾ। ਹੁਣ ਮੇਰੇ ਕੋਲ ਔਫਰ ਇਸ ਗੱਲ 'ਚ, ਮੈਂ ਉਸ ਪਾਰਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ, ਜਦੋਂ ਆਪਾਂ ਬੈਠਾਂਗੇ ਪਾਸੇ ਤੇ ਮੈਂ ਤੁਹਾਨੂੰ ਸਾਰੀ ਗੱਲ ਸਮਝਾ ਲਊ ਤੁਸੀਂ ਇਸ ਨਾਲ। ਉਹ ਕਹਿੰਦੇ ਜੀ ਗੱਲ ਕੋਈ ਹੋਰ ਹੈ, ਮੈਂ ਵੀ ਕਹਿੰਦਾ ਵੀ ਗੱਲ ਕੋਈ ਹੋਰ ਹੈ। ਮੈਂ ਕਿਹਾ ਉਹ ਕਹਿੰਦਾ ਲਾਰੈਂਸ ਤਾਂ ਸਾਡਾ ਕਹਿੰਦਾ ਹੈ, ਉਹ ਤਾਂ ਇੱਕ ਪਿੰਜਰੇ ਆ ਤੋਤਾ ਹੈ, ਉਹਦਾ ਕਠਪੁਤਲੀ ਹੈ, ਉਹ ਜਿਵੇਂ ਤੁਸੀਂ ਰਿਮੋਟ ਨਾਲ ਵਰਤਣਾ ਚਾਹੁੰਦੇ ਹੋ ਵਰਤਿਆ ਜਾ ਰਿਹਾ। ਉਹ ਕਹਿੰਦੇ ਜੀ ਗੱਲ ਕੁਛ ਹੋਰ ਹੈ। ਫਿਰ ਮੈਂ ਕਿਹਾ ਭਾਈ ਕਲੀਅਰ ਕਰ ਦਿਓ, ਕਿਹੜੇ ਵਰਤ ਵਿੱਚ ਚੁੱਪ ਕਰ। ਉਹ ਮੈਨੂੰ ਇਸ ਸਟੇਜ ਤੇ ਬੋਲਣ ਨਹੀਂ ਦੇਣਾ ਚਾਹੁੰਦੇ, ਤੁਸੀਂ ਚੁੱਪ ਕਰਦੇ ਹੋ ਤਾਂ ਤੁਹਾਨੂੰ ਲੰਬੇ ਦਿਨਾਂ ਦੇ ਵਿੱਚ ਰਿਜ਼ਲਟ ਮਿਲੂਗਾ। ਹੁਣ ਰਿਜ਼ਲਟ ਖਾਣਾ ਮਿਲੂਗਾ, ਮੈਨੂੰ ਇਹ ਨਹੀਂ ਪਤਾ ਕਿਹੜੀ ਗੱਲ ਦਾ ਹੋਊਗਾ, ਕੀ ਉਹਦੇ ਉਹਦਾ ਕੋਈ ਨੈਕਸਸ ਹੋ ਲੱਗਾ ਕਰਨਗੇ ਜਾਂ ਕੀ ਕਰਨਗੇ। ਮੈਂ ਸਰਕਾਰਾਂ ਦੇ ਮੁਖੀਆਂ ਨੂੰ ਹੱਥ ਜੋੜ ਕੇ ਅਰਜ਼ ਕਰਦਾ, ਉਹ ਭਾਈ ਬਾਲ ਬੱਚੇ ਤੁਹਾਡੇ ਵੀ ਹੋਣਗੇ, ਸਦਾ ਕੁਰਸੀਆਂ ਨਹੀਂ ਰਹਿਣੀਆਂ, ਸੱਤਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਆਹ ਜਿਹੜੀ ਜਨਤਾ ਬੈਠੀ ਹੈ, ਤੁਸੀਂ ਸਾਨੂੰ ਸ਼ੋਰ ਲਾਉਂਦੇ, ਸਾਨੂੰ ਕੋਰਾ ਕਮਾਉਂਦੇ ਵੇਖ ਲਿਆ, ਪਰ ਤੁਸੀਂ ਸਾਡਾ ਸੰਘਰਸ਼ ਨਹੀਂ ਵੇਖਿਆ। ਅਸੀਂ ਜਿੱਦੇ ਤੇ ਜੰਮੇ ਹਾਂ ਉਹਦੇ ਤੇ ਅਸੀਂ ਖੋਲੀ ਖੋਟਦੇ ਫਿਰਦੇ ਹਾਂ। ਜਿਸ ਦਿਨ ਮੇਰਾ ਬੱਚਾ ਥੋੜ੍ਹੀ ਜਿਹੀ ਤਰੱਕੀ ਕਰ ਗਿਆ, ਤਾਂ ਮੈਂ ਅਫਸਰਾਂ ਦੇ, ਮੈਂ ਕੁਛ ਚੰਦ ਪੋਲੀਟੀਸ਼ੀਅਨਾਂ ਦੇ ਨਜ਼ਰ ਦੇ ਵਿੱਚ ਆ ਗਿਆ ਵੀ ਯਾਰ ਇਹ ਕਿਵੇਂ ਛੋਟੇ ਉੱਠ ਕੇ ਜੇ 2 ਕਮਰੇ ਦੇ, ਇਹ ਕਿਵੇਂ ਹੁਣ ਲੱਖਾਂ ਛਾਪੀ ਜਾਂਦਾ। ਬਸ ਉੱਥੋਂ ਬਣਦੇ ਬਣਦੇ ਅਸੀਂ ਸਿਸਟਮ ਦੀ ਜੇਬ ਦੇ ਵਿੱਚ ਨਹੀਂ ਪਏ, ਉਹ ਛਾਤੀ ਤੜ ਕੇ ਅੜ ਕੇ ਖੜ ਗਿਆ ਵੀ ਮਰਨਾ ਤਾਂ ਕਿਉਂ ਦਾ, ਚਲੋ ਤੁਹਾਡੇ ਥੱਲੇ ਨਹੀਂ ਲੱਗਣਾ। ਤੁਹਾਨੂੰ ਚੀਜ਼ਾਂ ਤੁਹਾਡੇ ਸਾਹਮਣੇ ਆ ਗਿਆ, ਜਿੰਨਾ ਚਿਰ ਜਿਵੇਂ ਤਾਂ ਹੁਣ ਚੱਕ ਕੇ ਜਿਵੇਂ ਹੈ ਸਾਹ ਮੁਖਤ ਦੀ ਦੇਣ ਹੈ। ਪਰੰਤੂ ਹੁਣ ਆਪਾਂ ਇਹੋ ਜਿਹਾ ਫੈਸਲਾ ਕਰਨਾ ਹੈ, ਮੇਰੀ ਸਮਝ ਦੇ ਮੁਤਾਬਕ, ਭਾਵੇਂ ਕੋਈ ਮੇਰੀ ਇਸ ਗੱਲ ਦਾ ਕਈ ਬੰਦੇ ਆਲੋਚਨਾ ਵੀ ਕਰਨਗੇ, ਮੈਨੂੰ ਕਮੈਂਟ ਵੀ ਭੇਜਣਗੇ ਬਾਪੂ ਤੁਸੀਂ ਇਹ ਕਰਤਾ ਤੂੰ ਉਹ ਕਰਤਾ, ਪਰੰਤੂ ਇਹ ਸਮੇਂ ਦੀ ਲੋੜ ਹੈ। ਇੰਡੀਆ ਗਠਜੋੜ ਜਿਹੜਾ ਬਣਿਆ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ, ਜੇ ਸਰਕਾਰ ਆ ਜਾਵੇ ਉਦੋਂ ਬਚ ਜਾਵੇ, ਨਹੀਂ ਭਵਿੱਖ ਬੜਾ ਢੁੱਕਲਾ। ਸਾਰੇ ਸਾਡੇ ਜਵਾਕਾਂ ਨੂੰ ਡਰੱਗਸ, ਜਦ ਤੱਕ ਗੈਂਗਸਟਰਵਾਦ ਖਤਮ ਨਹੀਂ ਹੁੰਦਾ ਤਦ ਤੱਕ ਨਸ਼ਾ ਨਹੀਂ ਮੁੱਕ ਸਕਦਾ, ਕਿਉਂਕਿ ਨਸ਼ਾ ਵਿੱਚ ਤਾਂ ਹੋ ਰਿਹਾ ਲੱਠ ਮਾਰ ਦੋ ਨਸ਼ਾ ਵਿੱਚ, ਮੇਰੇ ਵਰਗੇ ਤਾਂ ਉਸ ਮਾਨਸਾ ਵੀ ਟੱਪਣ ਲੱਗੀ ਲੈ ਕੇ ਸਮੈਕ ਪਾਈਆ, ਤਾਂ ਨਸ਼ਾ ਵੀ ਉਹੀ ਲੋਕ ਵੇਚ ਰਹੇ ਨੇ ਜਿਹੜੇ ਅੰਦਰ ਆ, ਜਿਹੜੇ ਉਸ ਨੈਕਸਸ ਦੇ ਨਾਲ ਚੱਲ ਰਹੇ ਨੇ। ਇਹਨੂੰ ਜਦੋਂ ਗੈਂਗਸਟਰ ਖਤਮ ਹੋਊਗਾ ਤਾਂ ਨਸ਼ੇ ਤੇ ਵੱਡੀ ਤੇਜ਼ੀ ਨਾਲ ਅਸੀਂ ਉੱਤੇ ਕਾਬੂ ਪਾ ਸਕਦੇ ਹਾਂ। ਉੱਥੇ ਤੋਂ ਨਸ਼ਾ ਖਤਮ ਨਹੀਂ ਹੋਇਆ, ਇੱਥੋਂ ਲੋਕ ਡਰਦੇ ਹੋਏ ਤਕਰੀਬਨ 80% ਪੁਲਿਸ ਮੁਲਾਜ਼ਮ ਦੇ ਜਵਾਕ ਬਾਹਰ ਸੈਟਲ ਹੋ ਗਏ।
ਤਾਂ ਫਿਰ ਅਸੀਂ ਇੱਥੇ ਕੌਣ ਰਹੂਗਾ? ਇੱਥੇ ਜੇ ਆਪਾਂ ਚੰਗੇ ਆਗੂ ਲੈ ਕੇ ਆਵਾਂਗੇ, ਜੇ ਸਾਡੀ ਉਹ ਗੱਲ ਸਹੀ ਢੰਗ ਨਾਲ ਜਾ ਕੇ ਰੱਖਣਗੇ, ਉਹ ਬਾਕੀ ਸਿਸਟਮ ਦੇ ਵਿੱਚ ਆਪਣੇ ਕਮਿਸ਼ਨ ਆਪਣੀਆਂ ਜਿਹੜੀਆਂ ਪੈਸਾ ਕਮਾਉਣ ਦੀਆਂ ਨੀਤੀਆਂ ਨਹੀਂ ਰੱਖਣਗੇ, ਤਾਂ ਫਿਰ ਇਹੀ ਕੁਛ ਹੋਣਾ। ਵੱਡੀਆਂ ਸੜਕਾਂ ਨਿਕਲੀ ਜਾਂਦੀਆਂ ਨੇ ਆਉਣ ਵਾਲੇ 10 ਸਾਲਾਂ ਦੇ ਵਿੱਚ, ਤੁਹਾਡੇ ਜਵਾਕ ਸਾਰੇ ਤਕਰੀਬਨ ਵਿਦੇਸ਼ ਜਾ ਚੁੱਕੇ ਹੋਣਗੇ, ਤੇ ਇੱਥੋਂ ਦੀ ਫੂਡ ਪ੍ਰੋਸੈਸਿੰਗ ਹੋ ਕੇ ਤੁਹਾਡੇ ਜਪਾਨ ਸਾਊਦੀ ਅਰਬ ਤੱਕ ਸਾਡਾ ਬਾਈ ਟਰੈਕਿੰਗ ਦੇ ਨਾਲ ਸਾਰੀ ਸਬਜ਼ੀ ਲੈ ਗਈ, ਪਰ ਉਦੋਂ ਤੁਹਾਡੇ ਕੋਲ ਜ਼ਮੀਨਾਂ ਨਹੀਂ ਹੈਗੀਆਂ, ਉਦੋਂ ਤੁਹਾਨੂੰ ਵਿਹਲੇ ਕਰ ਦਿੱਤਾ ਜਾਊਗਾ, ਔਰ ਅਸੀਂ ਕੇਵਲ ਦੇ ਕੇਵਲ ਇੱਕ ਲੇਵਰ ਬਣ ਕੇ ਰਹਿ ਜਾਂਗੇ। ਤਾਂ ਮੇਰੇ ਤੁਹਾਡੇ ਚਰਨਾਂ ਦੀ ਬੇਨਤੀ ਹੈ, ਜੇ ਔਖੇ ਸੌਖੇ ਸਾਰ ਨੂੰ ਘੱਟ ਖਾ ਲਓ, ਪਰ ਜ਼ਮੀਨ ਵੇਚਣ ਦੀ ਖੇਤ 'ਚ ਨਾ ਕਰੋ, ਆਪਣੇ ਜਵਾਕਾਂ ਨੂੰ ਗ੍ਰੈਜੂਏਸ਼ਨ ਪੱਧਰ ਤੱਕ ਲੈ ਕੇ ਜਾਓ। ਮੈਂ ਸਿੱਧੂ ਸਾਹਿਬ, ਅਗਰ ਮੈਂ ਸੋਚਦਾ ਪਰਮਾਤਮਾ ਕਰੇ MP ਬਣ, ਤਾਂ ਆਪਾਂ ਸਾਡੇ ਪੰਜਾਬ ਦਾ 12,500 ਪਿੰਡ ਹੈ, ਜੇ ਅਸੀਂ ਦੇਖੀਏ ਤਾਂ UPSC ਦੇ IAS ਦੀ ਟ੍ਰੇਨਿੰਗ ਦਾ ਸਾਡੇ ਕੋਲੇ ਕੋਈ ਕੋਚਿੰਗ ਸੈਂਟਰ ਨੇੜੇ ਨੇੜੇ ਨੇ ਚੰਡੀਗੜ੍ਹ 'ਚ ਹੋਣਗੇ ਜਾਂ ਲੁਧਿਆਣੇ, ਤਾਂ ਇੱਕ ਦੋ ਸੰਸਥਾਵਾਂ ਮੇਰੇ ਕੋਲ ਆਈਆਂ ਵੀ ਨੇ ਵੀ ਜੇ ਤੁਹਾਡੇ ਇਲਾਕੇ ਦਾ ਕੋਈ ਬੱਚੇ ਹੈਗੇ ਤਾਂ ਅਸੀਂ ਫਰੀ ਕੋਚਿੰਗ ਦੇ ਦਾਂਗੇ। ਤਾਂ ਇਹੋ ਜਿਹਾ ਸਿਸਟਮ ਆਪਾਂ ਜਦੋਂ MP ਬਣਦੇ ਨੇ, ਕਈ ਇਹੋ ਜਿਹੇ ਪ੍ਰੋਜੈਕਟ, ਇਹੋ ਜਿਹੀਆਂ ਸਕੀਮਾਂ ਆਪਾਂ ਆਪਣੇ ਇਲਾਕੇ ਵਾਸਤੇ ਲੈ ਕੇ ਆਵਾਂਗੇ, ਅਤੇ ਅਹੁਦਿਆਂ ਤੋਂ ਦੂਰ ਰਹਿ ਕੇ ਮੈਂ ਤੁਹਾਡੀ ਇਹ ਵੀ ਯਕੀਨ ਦਿਵਾਉਣਾ ਵੀ ਤੂੰ ਸਾਡੇ ਪਰਿਵਾਰ ਨੂੰ ਸੱਤਾ ਵਾਲੀ ਲਾਈਨ ਦੇ ਵਿੱਚ ਨਾ ਲਾਇਓ ਵੀ ਅਸੀਂ ਅਹੁਦਿਆਂ ਦੀ ਖਾਤਰ ਕਰਦੇ, ਸਾਨੂੰ ਜਦੋਂ ਹੁਕਮ ਕਰੋਗੇ ਅਸੀਂ ਹੱਸਦੇ ਪਾਸੇ ਬਹਿਣਾਗੇ, ਪਰ ਖੜੇ ਜਿੱਥੇ ਖੜੇ ਆ ਉੱਥੇ ਹੀ ਰਹਾਂਗੇ। ਅਸੀਂ ਉਹਨਾਂ ਕੋਲ ਨਹੀਂ ਆਉਂਦੇ ਜੋ ਗ੍ਰਿਕਟ ਵਾਂਗੂ ਰੰਗ ਬਦਲਦੇ ਆ, ਅਸੀਂ ਨਹੀਂ ਬਦਲਣਾ ਉਸ ਗੱਲ ਨੂੰ। ਅਸੀਂ ਜਿਹੜੀ ਗੱਲ ਤੁਹਾਨੂੰ ਮੂੰਹ ਚੋਂ ਕਹਿਤੀ ਉਹ ਕਹਿ, ਤਾਂ ਤੁਹਾਡੇ ਸਾਰਿਆਂ ਵਿੱਚ ਅੰਦਰ ਬੇਨਤੀ ਕਰਦਾ ਔਰ ਵਿਸ਼ਵਾਸ ਦਿਵਾਓ, ਸਿੱਧੂ ਸਾਹਿਬ ਹੁਣ ਇੱਕ ਵਾਰ ਬੋਲਣਗੇ ਵੀ ਆਪਾਂ ਨੇ ਤੁਹਾਨੂੰ ਤਾਂ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਭੇਜੀਏ, ਕੋਈ ਸ਼ਬਦ, ਕਿਉਂਕਿ ਮੈਂ ਰਾਜਨੀਤਿਕ ਆਗੂ ਨਹੀਂ, ਮੈਨੂੰ ਭਾਸ਼ਣ ਦੇਣਾ ਨਹੀਂ ਆਉਂਦਾ, ਕਿ ਭਾਵ ਹੋਇਆ ਕੋਈ ਸ਼ਬਦ ਵੱਧ ਘੱਟ ਕਿਸੇ ਮੇਰੇ ਭੈਣ ਭਰਾ ਕਿਉਂ ਵੀ ਹੋਵੇ ਗੱਲ, ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਅਤੇ ਉਮੀਦ ਕਰਦਾ ਇਸ ਮਿਸ਼ਨ ਦੇ ਵਿੱਚ ਤੁਸੀਂ ਸਾਡਾ ਭਰਵਾਂ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।